ਨਹੀਂ ਹੋਇਆ, ਤੁਸੀਂ ਕਹਿੰਦੇ ਹੋ ਜਾਨੂੰ ਪਟਣੇ ਹੋਇਆ, ਤੁਹਾਡਾ ਫਰਕ ਹੈ ਬਹੁਤ ਹੈ। ਤੁਸੀਂ ਸਰੀਰ ਦੀ ਗੱਲ ਕਰਦੇ ਹੋ, ਉਹ ਆਪਣੀ ਕਥਾ ਦੀ ਗੱਲ ਕਰਦੇ ਨੇ, ਆਪਣੀ ਕਥਾ ਵਿਖਾਉਣ, ਉਹਨਾਂ ਨੇ ਆਪਣੀ ਕਥਾ ਦੱਸੀ ਹੈ, ਤੁਸੀਂ ਸਰੀਰ ਦੀ ਕਥਾ ਲੈ ਲਈ, ਤੁਸੀਂ ਦਾਸ ਗ੍ਰੰਥ ਕਿਵੇਂ ਸਮਝ ਲਓਗੇ? ਇੱਥੋਂ ਹੀ ਜਵਾਬ ਦੇ ਦਿਓ ਮੈਨੂੰ, ਤੈ ਪ੍ਰਕਾਸ਼ ਅਮਾਰਾ ਪਿਓ, ਪਟਨੇ ਸ਼ਹਿਰ ਵਿਖੇ ਪਵ ਲਿਓ, ਪਵ ਸਾਗਰ ਜਾਏ, ਉੱਥੇ ਤਾਂ ਪਵ ਲਿਓ ਹੈ, ਪਟਨੇ ਜਾ ਕੇ ਤਾਂ ਪਵ ਸਾਗਰ ਜਾਇਆ ਮੈਂ, ਪ੍ਰਕਾਸ਼ ਇੱਥੇ ਹੀ ਹੋਇਆ, ਤਰਵੈਣੀ 'ਚ ਹੋਇਆ, ਉਹਦਾ ਪਵ ਸਾਗਰ 'ਚ ਆਏ ਹਾਂ, ਪਵ ਲਿਓ। ਚਲ ਤੱਦਾ ਅਰਧ ਉਰਧ ਨਵੇਰਾ, ਅਰਧ ਉਰਧ ਨਵੇੜਾ, ਅਰਧ ਉਰਧ ਮੰਝ ਬਸੇਰਾ, ਜਿੱਥੇ ਪ੍ਰਕਾਸ਼ ਬਾਹਰ ਨੂੰ ਗਿਆ ਸੀ, ਪ੍ਰਕਾਸ਼ ਅੰਦਰ ਨੂੰ ਆਵੇ ਹੁਣ। ਪ੍ਰਕਾਸ਼ ਬਾਹਰ ਨੂੰ ਕਿਉਂ ਆਇਆ ਸੀ? ਕੁਛ ਪ੍ਰਾਪਤ ਕਰਨ ਆਇਆ ਸੀ, ਕਮੀ ਜਿਹੜੀ ਦੂਰ ਕਰਨ ਆਇਆ ਸੀ, ਜੋ ਕਮੀ ਰਹਿ ਗਈ ਨਾ, ਕਮੀ ਦੂਰ ਕਰਨੀ ਸੀ, ਕਮੀ ਦੂਰ ਹੋ ਗਈ, ਆਨੰਦ ਹੋਣ ਆਇਆ ਸੀ, ਆਨੰਦ ਭੁੱਖ ਸੀ ਗਿਆਨ ਦੀ ਖਾਣ ਦੀ, ਅਸਲ 'ਚ ਗਿਆਨ ਦੀ ਭੁੱਖ ਤ੍ਰਿਪਤ ਹੋ ਗਈ। ਜਦ ਮਾਇਆ ਦੀ ਭੁੱਖ ਤਾਂ ਸਰੀਰ ਨੂੰ ਹੈ ਨਾ, ਇਹ ਤਾਂ ਖਾਂਦਾ ਰਹੂ, ਇਹਦਾ ਕੀ ਹੈ, ਇਹ ਤਾਂ ਬਹੁਤੋਂ ਭੁੱਖ ਬੁਰੀ ਹੈ, ਇਹ ਹੋਰ ਚੀਜ਼ ਹੈ, ਇਹਦੀ ਭੁੱਖ ਤਾਂ ਬਹੁਤੋਂ ਵੀ ਬੁਰੀ ਹੈ, ਹੁਣ ਖਾ ਲਿਆ ਘੜੀ ਨੂੰ, ਫਿਰ ਉਹੀ ਗੱਲ, ਇਹ ਛੱਡੋ, ਤੁਸੀਂ ਇਹਦੀ ਭੁੱਖ ਦੀ ਗੱਲ ਨਹੀਂ ਕਰ ਰਹੀ, ਬਾਣੀ ਗੁਰਬਾਣੀ ਹੋਰ ਗੱਲ ਕਰ ਰਹੀ ਹੈ, ਬਹੁਤੋਂ ਭੁੱਖ ਬੁਰੀ। ਇਹ ਜਿਹੜੀ ਗਿਆਨ ਦੀ ਭੁੱਖ ਸੀ, ਜਦ ਇਹ ਪੂਰੀ ਹੋ ਜਾਂਦੀ ਹੈ ਨਾ, ਇਹ ਇੱਕ ਹੋ ਜਾਂਦਾ, ਫਿਰ ਬਸ ਤ੍ਰਿਪਤ ਰਹੇ ਅਗਾਏ, ਜਦ ਤ੍ਰਿਪਤ ਰਹੇ ਅਗਾਏ, ਮਾਇਆ ਦੇ ਵਿੱਚ ਕੋਈ ਇੱਛਾ ਨਹੀਂ ਰਹੀ, ਬਨ ਫਲ ਪੱਕੇ, ਸਰੀਰ ਮਾਇਆ ਦੇ ਵਿੱਚ ਹੈ, ਸਰੀਰ ਦਾ ਕੀ ਹੈ, ਇਹ ਤਾਂ ਮਾਇਆ 'ਚ ਰਹਿਣਾ ਹੀ ਹੈ, ਸਰੀਰ ਦੀ ਅੱਡ ਭੁੱਖ ਹੈ, ਆਤਮਾ ਦੀ ਅੱਡ ਭੁੱਖ, ਆਤਮਾ ਦੀ ਭੁੱਖ ਜਦ ਪੂਰੀ ਹੋ ਜਾਂਦੀ ਹੈ, ਫਿਰ ਆਤਮਾ ਨੇ ਉਗਣਾ ਹੀ ਹੁੰਦਾ, ਹੋਰ ਕੁਛ ਨਹੀਂ। ਅਰਧ ਉਰਧ ਮੰਝ ਬਸੇਰਾ, ਅਰਧ ਉਰਧ ਮੰਝ ਬਸੇਰਾ, ਇਸ ਅਰਧ ਦਾ, ਇਸ ਜੀਵ ਆਤਮਾ ਦਾ ਪੁੱਠਾ ਹੋ ਕੇ ਆਪਣੇ ਮੂਲ ਦੇ ਵਿੱਚ ਬਸੇਰਾ ਹੋ ਜਾਂਦਾ, ਬਸ ਜਾਂਦਾ, ਜਦ ਇਹ ਬਸ ਜਾਂਦਾ ਨਾ, ਫਿਰ ਬਸੰਤ ਹੁੰਦਾ ਇਹਦਾ, ਬਾਬੇ ਸਦਾ ਹੀ ਬਸੰਤ ਹੋ ਜਾਂਦਾ। ਇਹ ਸਦਾ ਬਸੰਤ ਹੈ, ਉਹ ਬਸੰਤ ਰਾਗ ਜਿਹੜਾ, ਰਾਗ ਰੂਪ ਕੋਈ ਨਹੀਂ, ਆਹੀ ਬਸੰਤ ਰਾਗ ਹੈ। ਸਦਾ ਬਸੰਤ ਕਿਵੇਂ ਹੋਜੂਗੀ ਸੰਸਾਰ 'ਚ? ਇਹਨੂੰ ਸਦਾ ਬਸੰਤ ਹੁੰਦੀ ਹੈ, ਸਦਾ ਬਸੰਤ ਆਤਮਾ ਵਾਸਤੇ ਹੈ, ਸੰਸਾਰ 'ਚ ਸਦਾ ਬਸੰਤ ਕਦੇ ਨਹੀਂ ਹੁੰਦੀ। ਪਰ ਅਸੀਂ ਤਾਂ ਬਸੰਤ ਰਾਗ ਉੱਥੇ ਪੜ੍ਹੀ ਜਾਂਦੇ ਹਾਂ ਗੁਰਦੁਆਰਿਆਂ 'ਚ, ਅਸੀਂ ਸਭ ਕੁਛ ਬਾਹਰ ਮੰਨਿਆ ਹੋਇਆ। ਜਦ ਇਹ ਬਸ ਗਿਆ ਜਾ ਕੇ, ਬਸ ਗਿਆ, ਨਾਨਕ ਤੇਨਾ ਬਸੰਤ ਹੈ, ਜਿਨ ਘਰ ਬਸਿਆ ਫਿਰ ਗੁਰਬਾਣੀ ਕੀ ਕਹਿੰਦੀ ਹੈ? ਅਸੀਂ ਕੀ ਸਮਝਦੇ ਹਾਂ, ਗਾਉਂਦੇ ਕੀ ਫਿਰਦੇ ਹਾਂ, ਕੀ ਗਾਉਂਦੇ ਹਾਂ ਅਸੀਂ? ਗਿਆਨ ਵਿਹੂਣ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਉਹ ਹੈ ਇਹਦਾ, ਭੁੱਖੇ ਮੁੱਲਾਂ ਨੇ ਸਾਰੇ ਹੀ, ਇਹ ਉਹੀ ਗੱਲ ਲਾਗੂ ਇਹਨਾਂ 'ਤੇ ਹੁੰਦੀ ਹੈ। ਹੁਣ ਭੁੱਖੇ ਮੁੱਲਾਂ ਘਰੇ ਮਸੀਤ, ਪਤਾ ਹੀ ਨਹੀਂ ਕੀ ਗਾ ਰਹੇ ਹਾਂ, ਕੀ ਕਹਿ ਰਹੇ ਹਾਂ, ਗੀਤ ਨੇ ਇਹ ਬ੍ਰਹਮ ਵਿਚਾਰ ਨਹੀਂ ਹੈ ਇਹਨਾਂ ਵਾਸਤੇ, ਇਹਨਾਂ ਵਾਸਤੇ ਗੀਤ ਨੇ। ਔਰ ਰਾਗੀ ਨੂੰ ਤਾਂ ਸਰਾਪ ਦਿੱਤਾ ਹੈ ਗੁਰਬਾਣੀ 'ਚ, ਇਹ ਆਪਣੇ ਆਪ ਨੂੰ ਕੀਰਤਨੀਏ ਕਹਿਣ ਲੱਗ ਗਏ, ਕੀਰਤਨੀਏ ਨਹੀਂ ਹਨ ਇਹ, ਜਿਹੜੇ ਕੀਰਤਨੀਏ ਹੁੰਦੇ ਨੇ ਨਾ, ਉਹਨਾਂ ਕੋਲ ਅਹਿਸਾਸ ਨਹੀਂ ਹੁੰਦੇ ਬਾਹਰਲੇ, ਉਹ ਤਾਂ ਨੈਣੇ ਵੱਜੇ ਰਬਾਬਾ, ਨਾ ਮਾਥੇ ਵੱਜੇ ਰਬਾਬਾ, ਹਾਂ ਉਹਨਾਂ ਦਾ ਜਿਹੜੇ ਹੁੰਦੀਆਂ ਨਾ ਅੱਖਾਂ, ਇਹੀ ਦੋ ਤਪਲੇ ਹੁੰਦੇ ਨੇ ਉਹਨਾਂ ਦੇ, ਬਾਹਰ ਤਪਲੇ ਨਹੀਂ ਹੁੰਦੇ। ਉਹ ਕੀਰਤਨੀਆ ਦੇ ਉੱਥੇ ਆਇਆ ਹੋਇਆ ਇੱਕ ਸ਼ਬਦ ਜਿਹੜਾ ਕੀਰਤਨੀ ਹੈ, ਉਹ ਕੀਰਤਨੀ ਹੁੰਦੇ ਨੇ, ਆਹੋ ਭਲੋ ਭਲੋ, ਉਹ ਕੀਰਤਨੀ ਹੈ,
ਇਹ ਰਾਗੀ ਕੀਰਤਨੀ ਕਹਿਣ ਲੱਗ ਗਿਆ ਆਪ ਨੂੰ। ਇਹ ਤਾਂ ਰਾਗੀ ਨੇ, ਕੋਈ ਗਾਵਾ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਜੇ ਰਾਮ ਰਾਜੇ। ਇਹ ਕਦੇ ਨਹੀਂ ਭੇਜਦੇ, ਹਰ ਨਾਲ ਭੇਜੇ ਨਹੀਂ ਸਭ। ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਇਹਨਾਂ ਦਾ ਰਾਗ ਪ੍ਰਧਾਨ ਹੈ, ਇਹਨਾਂ ਦਾ ਰਾਮ ਪ੍ਰਧਾਨ ਨਹੀਂ ਹੈ ਇਹਦੇ ਵਿੱਚ। ਜਿਹੜਾ ਸਮਝ ਕੇ ਗਾਉਂਦਾ ਉਹਦਾ ਨਾਮ ਪ੍ਰਧਾਨ ਹੈ ਉਹਦੇ ਵਾਸਤੇ, ਜਿਹੜਾ ਗਿਆਨ ਵਿਹੂਣਾ ਗਾਉਂਦਾ ਉਹ ਤੇ ਰਾਗ ਪ੍ਰਧਾਨ ਹੈ। ਇਹਨਾਂ ਦੇ ਸੁਰਤਾਲ ਔਰ ਰਾਗ ਪ੍ਰਧਾਨ ਹੈ, ਤੇ ਮਨ ਤਾਂ ਨਾਮ ਨਾਲ ਭੇਜਣਾ ਹੈ, ਮਨ ਤਾਂ ਨਾਮ ਨਾਲ ਭੇਜਣਾ ਹੈ। ਨਾ ਉਹਦਾ ਵਿਸ਼ਾ ਹੀ ਨਹੀਂ ਇਹਨਾਂ ਦਾ, ਇਹਨਾਂ ਦਾ ਰਾਗ ਦਾ ਵਿਸ਼ਾ ਹੈ। ਕੀਰਤਨੀ ਕਹਿਣ ਲੱਗ ਗਿਆ ਆਪਣੇ ਆਪ ਨੂੰ, ਇਹਨੇ ਭੁੱਖੇ ਬੋਲਾਂ ਘਰੇ ਮਸੀਤ, ਗਿਆਨ ਬਿਹੂਣੇ ਗਾਵੇ ਗੀਤ, ਕੀਰਤਨ ਦਰਬਾਰ। ਕੀਰਤਨ ਦਾ ਦਰਬਾਰ ਹੁੰਦਾ, ਦਰਬਾਰ ਤਾਂ ਗੁਰੂ ਦਾ ਹੁੰਦਾ, ਦਰਬਾਰ ਗੁਰੂ ਦਾ, ਪਰਮੇਸ਼ਰ ਦਾ ਦਰਬਾਰ ਹੈ, ਪਰਮੇਸ਼ਰ ਦੀ ਕੀਰਤੀ ਕਰੀਦੀ ਹੈ, ਜਸ ਕਰੀਦਾ। ਜਸ ਦਾ ਦਰਬਾਰ ਹੋ ਗਿਆ, ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਬੋਲਦੇ ਕੀ ਹਾਂ। ਕੀਰਤਨ ਕਰਨ ਵਾਲੇ ਦਰਬਾਰੀ ਰਾਗੀ ਹੁੰਦੇ ਨੇ, ਦਰਬਾਰੀ ਗਵੱਈਏ ਹੁੰਦੇ ਨੇ, ਕਵੀ ਹੁੰਦੇ ਨੇ। ਉਹ ਦਰਬਾਰ ਤਾਂ ਹੋਰ ਚੀਜ਼ ਹੈ, ਕੀਰਤਨ ਦਰਬਾਰ। ਕੀਰਤਨ ਦਰਬਾਰ ਕੀ ਹੁੰਦਾ? ਕੀਰਤਨੇ ਦਰਬਾਰ ਹੈ ਫਿਰ, ਗੁਰੂ ਤਾਂ ਗਾਇਬ ਕਰਤਾ ਇਹਨਾਂ ਵਿੱਚੋਂ, ਉਹ ਗੁਰੂ ਦਾ ਦਰਬਾਰ ਹੁੰਦਾ। ਗੁਰੂ ਗਾਇਬ ਹੈ ਵੀ ਅਸੀਂ ਉਹੀ ਹਾਂ, ਦਰਬਾਰ ਸਾਡਾ ਹੀ ਹੈ ਬਸ, ਵਾਪੇ ਨੇ ਦਰਬਾਰ ਇਹਨਾਂ ਦਾ ਹੀ ਹੈ, ਹੋਰ ਕੀ ਦਾ ਉੱਥੇ ਕੀਰਤਨ ਦਰਬਾਰ ਦਾ ਕੀ ਮਤਲਬ, ਕੀ ਅਰਥ ਬਣਿਆ ਕੀਰਤਨ ਦਰਬਾਰ ਦਾ? ਕੋਈ ਅਰਥ ਨਹੀਂ ਬਣਦਾ। ਉਹ ਦਰਬਾਰ ਗੁਰੂ ਦਾ ਹੈ, ਗੁਰੂ ਦੇ ਦੋ ਕੀਰਤਨ ਨੂੰ ਲੈ ਆਉਂਦਾ, ਔਰ ਜਿਹੜਾ ਕੀਰਤਨ ਵੀ ਨਹੀਂ, ਕੀਰਤਨ ਵੀ ਨਹੀਂ ਹੈ, ਉਹ ਗਿਆਨ ਵਿਗੁਣੇ ਗੀਤ ਜਿਹੜੇ ਗਾਉਂਦੇ ਨੇ ਉਹਨੂੰ ਕੀਰਤਨ ਦਰਬਾਰ ਨਾ ਦੇ ਦਿੱਤਾ, ਦੇਣਾ ਹੀ ਸੀਗਾ। ਇਹ ਤੋਂ ਪਤਾ ਲੱਗਦਾ ਵੀ ਸਾਰੇ ਬੁੱਧੀਹੀਨ ਨੇ, ਇਹ ਬੁੱਧੀਹੀਨ ਨੇ ਸਾਰੇ। ਇਹ ਬੁੱਧੀਹੀਨਾਂ ਦਾ ਵਿਸ਼ਾ ਨਹੀਂ ਸੀਗਾ, ਇਹ ਬੁੱਧੀਵਾਨਾਂ ਦਾ ਵਿਸ਼ਾ। ਗੁਰਬਾਣੀ ਨੂੰ ਸਮਝਣਾ, ਗੁਰਬਾਣੀ ਨੂੰ ਅਰਥਾਉਣਾ, ਪਹਿਲਾਂ ਬੁੱਧੀਵਾਨ ਹੋਵੇ ਫਿਰ ਹੋਰ ਬੁੱਧੀ ਹੋ ਜਾਂਦੀ ਹੈ। ਇਹ ਤਾਂ ਗੁਣਵੰਤਿਆਂ ਨੂੰ ਗੁਣ ਦੇਣ ਵਾਲਾ, ਇਹ ਤਾਂ ਬੁੱਧ ਬਦਲਣ ਵਾਲਾ। ਜਿੰਨੀ ਵੀ ਕਿਸੇ ਕੋਲ ਬੁੱਧੀ ਕਿੰਨੀ ਮਰਜ਼ੀ ਹੋਵੇ, ਇਹ ਤਾਂ ਉਹਦੇ 'ਤੇ ਵੀ ਰੰਗ ਚਾੜਨ ਵਾਲੀ ਹੈ। ਮੇਰੀ ਮੱਤ ਥੋੜ੍ਹੀ ਰਹੋ, ਜਿਹਨਾਂ ਨੇ ਗੁਰਬਾਣੀ ਉਚਾਰਨ ਕੀਤੀ ਹੈ ਉਹ ਤਾਂ ਕਹਿੰਦੇ ਨੇ ਮੇਰੀ ਮੱਤ ਥੋੜ੍ਹੀ ਰਹੋ, ਤੂੰ ਸਮਰੱਥ ਵੱਡਾ। ਇੱਥੇ ਕੀਰਤਨ ਦਰਬਾਰ ਨਾ ਰੱਖ ਲਿਆ, ਉਹ ਗਾਇਬ ਏ ਕਰਤਾ ਵਿੱਚੋਂ, ਜਿਹਦੀ ਮਾਤਾ ਦਾ ਜ਼ਿਕਰ ਹੈ ਨਹੀਂ। ਅਤੇ ਫਿਰ ਰਿਜ਼ਲਟ ਕੀ ਹੋਣਾ ਸੀ? ਰਿਜ਼ਲਟ ਆਉਣਾ ਸੀ ਮਾਇਆ, ਉਹ ਹੈਗੀ ਆ। ਘੁੰਮ ਕੇ ਕਿੱਥੇ ਆਉਣਾ ਸੀ? ਘੁੰਮ ਕੇ ਉਹੀ ਜ਼ਮੀਨ ਨਾ ਲੱਗੇ, ਬੁੱਧੀਹੀਨਤਾ ਵੱਲ ਆ ਲੱਗੇ। ਜਿਹੜੀ ਟਾਹਣੀ ਉੱਤੋਂ ਫੁੱਟੀ ਸੀ ਨਾ, ਉੱਤੋਂ ਰੱਖਦੇ ਹੋ ਜ਼ਮੀਨ ਵੱਲ ਨੂੰ ਚਲੀ ਗਈ। ਜਿਹੜੀ ਐਦੋ ਚੀਜ਼ ਬਣੀ ਸੀ ਨਾ ਉੱਪਰਲੀ ਅਵਸਥਾ ਦੀ, ਲਿਆ ਕੇ ਥੱਲੇ ਜ਼ਮੀਨ ਨਾਲ ਲਾ ਦਿੱਤੀ। ਜੇ ਜੇ ਡਾਲੀ ਭਗਤ ਰੂ ਸੋਈ ਮੁੜ ਮੁੜ ਜਾਏ, ਥੱਲੇ ਲਾ ਦਿੱਤੀ, ਲਿਆ ਕੇ ਜ਼ਮੀਨ ਨੂੰ ਲਾ ਦਿੱਤੀ ਡਾਲੀ। ਉੱਚੀ ਗੱਲ ਨੂੰ ਨੀਵੀਂ ਪੱਧਰ 'ਤੇ ਲੈ ਆਉਂਦੇ, ਪੈਸਾ ਨਾ ਜੋ ਤੋਲਤੀ, ਹਜ਼ਾਰਾਂ 'ਚ ਜੋ ਮੁੱਲ ਪਾ ਦਿੱਤੇ, ਇੰਨੇ ਹਜ਼ਾਰ ਰੁਪਈਆ ਕੀਰਤਨ ਦਾ ਬੇਟਾ ਲਾ ਦਿੱਤੀ ਨਾ ਮਾਇਆ ਨਾਲ, ਜਾ ਕੇ ਜ਼ਮੀਨ ਨਾਲ। ਇਹ ਸਾਰੇ ਕਾਰਨ ਨੇ ਸਿੱਖੀ ਦੀ ਜਿਹੜੀ ਦਸ਼ਾ ਔਰ ਦਿਸ਼ਾ ਹੈ ਅੱਜ, ਇਹਦੇ ਕਾਰਨ ਆਪਾਂ ਦੇਖਦੇ ਹਾਂ। ਜਦੋਂ ਕੋਈ ਮਰੀਜ਼ ਨੂੰ ਦੇਖੀਦਾ ਨਾ, ਉਹਦੇ ਸਾਰੇ ਪੱਖ ਦੇਖੀਦੇ ਨੇ ਵੀ ਕੀ ਖਾਂਦਾ ਰਿਹਾ ਭਾਈ, ਇਹਦੀ ਇਹ ਹਾਲਤ ਹੋ ਗਈ, ਕੀ ਪੀਂਦਾ ਰਿਹਾ, ਇਹ ਕਿਹੜਾ, ਇਹਨੇ ਪਰਹੇਜ਼ ਨਹੀਂ ਰੱਖਿਆ, ਕਿਹੜਾ ਪਰਹੇਜ਼ ਰੱਖਣਾ ਚਾਹੀਦਾ ਸੀ, ਇਹ ਸਾਰੇ ਵਿਚਾਰਨਾ ਪਊ ਨਾ। ਜੇ ਸੁਧਾਰ ਕਰਨਾ, ਜਿਹਨੇ ਕਰਨਾ
ਆਪਣੇ ਆਪ ਚ ਕਰਨਾ ਅਸੀਂ ਲੋਕਾਂ ਦਾ ਨਹੀਂ ਕਰਨਾ। ਜੇ ਲੋਕਾਂ ਦਾ ਕਰਨ ਦੀ ਕਹੋਗੇ ਫਿਰ ਕਿਸੇ ਦਾ ਵੀ ਨਹੀਂ ਹੋਣਾ। ਜੇ ਕਿਸੇ ਦਾ ਕਰਨ ਦਾ ਸੋਚੋਗੇ ਫਿਰ ਕਿਸੇ ਦਾ ਨਹੀਂ ਹੋਣਾ, ਆਪਣਾ ਕਰਨਾ। ਬਸ ਸਭ ਨੇ ਕਰਨਾ ਆਪਣਾ ਆਪਣਾ, ਸਭ ਦੀ ਜ਼ਿੰਮੇਵਾਰੀ ਹੈ, ਆਪਣੇ ਵਾਸਤੇ ਕਰਨਾ ਆਪਣਾ। ਜੇ ਹੋ ਗਿਆ ਸੁਧਾਰ ਤਾਂ ਫਿਰ ਜਿਵੇਂ ਹੁਕਮ ਹੋਊਗਾ, ਜਿਵ ਹੁਕਮ ਤਿਵੇ ਤਿਵ ਕਾਰ, ਫਿਰ ਜਨਮ ਤੁਮਾਰੇ ਲਿਖੇ ਹੋਜੂ। ਫਿਰ ਜਿੱਥੇ ਉਹਨੇ ਜੋੜਨਾ ਮਾਲਕ ਦੀ ਮਰਜ਼ੀ ਆ, ਜਾਂ ਘੋੜਾ ਪਾੜ ਲੈਂਦਾ ਉਹਨੇ ਤਾਂਗੇ ਨੂੰ ਜੋੜਨਾ, ਉਹਨੇ ਸਵਾਰੀ ਕਰਨੀ, ਉਹ ਤਾਂ ਕੀ ਕੰਮ ਲੈਣਾ, ਤਾਂ ਮਾਲਕ ਦੀ ਮਰਜ਼ੀ ਹੈ ਨਾ। ਪਹਿਲਾਂ ਉਹਨੇ ਮੈਚਿਓਰ ਤਾਂ ਹੋਣਾ ਨਾ, ਫਿਰ ਤਾਂ ਮਾਲਕ ਦੀ ਮਰਜ਼ੀ ਹੈ, ਕੀ ਕੰਮ ਲੈਣਾ ਉਹਨੇ। ਕਿਸੇ ਦੇ ਬੰਦ ਬੰਦ ਕਢਵਾ ਲਏ, ਕਿਤੇ ਕੁਛ ਕਰ ਲਿਆ, ਕਿਤੇ ਕੁਛ ਕਰ ਲਿਆ। ਢਾਕ ਜੋ ਆਪਣੀ ਪਾਉਣੀ ਸੀ ਉਹਨੇ ਸੱਚ ਦੀ, ਦੈਸੇ ਜੋ ਪਾਉਣੀ ਸੀ ਲੋਕਾਂ ਦੇ ਮਨ ਦੇ ਉੱਤੇ, ਐਡੇ ਐਡੇ ਇਮਤਿਹਾਨ ਪਾਸ ਕਰ ਸਕਦੇ ਨੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ, ਕਿਤੇ ਭੁਲੇਖੇ 'ਚ ਰਹੋ। ਸੰਸਾਰ ਨੂੰ ਦੱਸਿਆ, ਸੰਸਾਰੀ ਲੋਕਾਂ ਨੂੰ, ਵੀ ਮੇਰੇ ਵਾਸਤੇ ਮੇਰੇ ਸੇਵਕ ਕੀ ਕਰ ਸਕਦੇ ਨੇ। ਬਸ ਇਹ ਸਿਰਫ ਪਬਲਿਕ ਨੂੰ ਦਿਖਾਉਣ ਵਾਸਤੇ ਕੀਤਾ ਕੰਮ। ਜਿਨ੍ਹਾਂ ਨੇ ਬੰਦ ਕਟਾਏ ਨੇ ਉਹਨਾਂ ਨੂੰ ਵੀ ਪਤਾ ਸੀ, ਜਿਹਦੇ ਹੁਕਮ ਨਾਲ ਕੱਟ ਹੋਏ ਨੇ ਉਹਨੂੰ ਵੀ ਪਤਾ ਸੀ, ਚਾਹੇ ਕਟਵਾ ਲਏ ਕਿਸੇ ਤੇ ਉਹਨੇ। ਇਹ ਨਹੀਂ ਗੱਲ ਹੈ ਜੁੰਮੇ ਕਿਸੇ ਦੇ ਲੱਗ ਗਈ ਗੱਲ, ਉਹਦਾ ਠੀਕਰ ਬਹੁਤ ਦਲੀਲ ਸਰ ਹੈ, ਉਹਦਾ ਜੁੰਮੇ ਹੀ ਲਾਈ ਹੋਈ ਹੈ। ਅਸੀਂ ਇਤਿਹਾਸਕਾਰ ਔਰ ਵਿਦਵਾਨ ਕਿਸ ਐਂਗਲ ਤੋਂ ਸੋਚੀਏ, ਜੋ ਮਰਜ਼ੀ ਐਂਗਲ ਤੋਂ ਸੋਚੀਏ, ਅਸੀਂ ਆਪਣੀ ਬੁੱਧੀ ਅਨੁਸਾਰ ਸੋਚਣਾ, ਪਰ ਇਹ ਖੇਡ ਐਸੀ ਹੁੰਦੀ ਹੈ, ਖੇਡ ਹੈ ਨਾ ਇਹ ਐਸੀ। ਜੇ ਤਾਂ ਖੇਡ ਪਰਮੇਸ਼ਰ ਦੀ ਹੈ ਫਿਰ ਤਾਂ ਕਿਸੇ ਦਾ ਰੋਲ ਕੋਈ ਨਹੀਂ ਵਿੱਚ, ਜੇ ਰੋਲ ਹੈ ਸਾਡਾ ਫਿਰ ਖੇਡ ਪਰਮੇਸ਼ਰ ਦੀ ਨਹੀਂ ਹੈ। ਜੇ ਤਾਂ ਖੇਡ ਉਹਦੀ ਹੈ ਅਸੀਂ ਮੰਨਦੇ ਹਾਂ ਇਮਾਨਦਾਰੀ ਨਾਲ, ਫਿਰ ਤਾਂ ਕਿਸੇ ਦਾ ਕੋਈ ਰੋਲ ਨਹੀਂ, ਨਾ ਕਿਸੇ ਔਰੰਗਜ਼ੇਬ ਦਾ ਰੋਲ ਹੈ, ਨਾ ਕਿਸੇ ਹੋਰ ਦਾ ਰੋਲ ਹੈ, ਨਾ ਕਿਸੇ ਚੰਦੂ ਦਾ ਰੋਲ ਹੈ, ਨਾ ਕਿਸੇ ਗੰਗੂ ਦਾ ਰੋਲ ਹੈ। ਪਰ ਜੇ ਖੇਡ ਪਰਮੇਸ਼ਰ ਦੀ ਮੰਨ ਹੈ ਨਹੀਂ, ਜੇ ਅਸੀਂ ਮੰਨਦੇ ਹਾਂ ਵੀ ਚੰਦੂ ਦਾ ਰੋਲ ਹੈ, ਗੰਗੂ ਦਾ ਰੋਲ ਹੈ, ਔਰੰਗਜ਼ੇਬ ਦਾ ਰੋਲ ਹੈ, ਫਿਰ ਖੇਡ ਪਰਮੇਸ਼ਰ ਦੀ ਨਹੀਂ ਹੈ। ਫਿਰ ਤਾਂ ਇਹ ਆਪਣਾ ਆਪਣੀ ਬੁੱਧ ਹੈ, ਇਹ ਆਪਣੇ ਦ੍ਰਿਸ਼ਟੀਕੋਣ ਨਾਲ ਦੇਖਦੇ ਨੇ, ਇਹਨਾਂ ਦਾ ਆਪਣਾ ਦ੍ਰਿਸ਼ਟੀਕੋਣ ਹੈ। ਜਿਹੜਾ ਜਿਹਨੂੰ ਉਹ ਦੂਆ ਦ੍ਰਿਸ਼ਟੀਕੋਣ ਮਿਲ ਜਾਂਦਾ, ਉਹ ਬੱਚਾ ਦੇਖਦਾ ਗੱਠਬੁੱਧਲੀਆਂ ਨੱਚਦੀਆਂ, ਬੱਚਾ ਕੀ ਕਰੇ, ਉਹ ਕਹਿੰਦਾ ਨੱਚਦੀਆਂ ਨੇ, ਝਗੜਾ ਕਰੂਗਾ, ਨੱਚਦੀਆਂ ਨੇ, ਮੈਂ ਦੇਖੀਆਂ ਨੇ। ਪਰ ਜਿਹਨੂੰ ਜਦ ਡੋਰਾਂ ਦੇਖਣਗੀਆਂ ਬੱਚੇ ਨੂੰ ਨਚਾਉਣ ਵਾਲਾ ਦੇਖੂ, ਫੇਰੇ ਬਣੂ ਨਾ, ਉਹ ਵਿਦਵਾਨ ਵਿਚਾਰੇ ਕੀ ਕਰ। ਮਸਲਾ ਜਦ ਪੈਦਾ ਹੁੰਦਾ ਜਾਂ ਵਿਦਵਾਨ ਦਾਵੇ ਕਰਨ ਲੱਗ ਜਾਂਦੇ ਨੇ, ਅਰਧ ਸਰੀਰ ਨੂੰ ਛੱਡ ਕੇ, ਤਿਰਕੁੜੀ ਨੂੰ ਛੱਡ ਕੇ, ਤਿਰਕੁੜੀ ਚ ਅੱਧਾ ਹੀ ਹੈ, ਅਧੂਰ ਹੈ। ਅਰਧ ਛਾੜ ਉਰਧ ਜੋ ਆਵਾ, ਪੁੱਠਾ ਹੋ ਕੇ ਆ ਜਾਂਦਾ, ਘਰ ਨੂੰ ਆ ਜਾਂਦਾ, ਆਪਣੇ ਨੂੰ, ਆਪਣੇ ਘਰ ਨੂੰ ਮੁੜਿਆ ਆਉਂਦਾ ਜਦ ਵਾਪਸ। ਉਰਧ ਮਿਲਿਆ ਸੁੱਖ ਪਾਵਾ, ਅਰਧ ਉਰਧ ਜਿਹੜਾ ਉਰਧ ਸੀ ਨਾ, ਪੁੱਠਾ ਹੋ ਗਿਆ ਸੀ ਆਪਣੇ ਘਰੋਂ, ਇਹ ਆਪਣੇ ਮੂਲ ਨਾਲ ਅਰਧ ਨਾਲ ਮਿਲ ਜਾਂਦਾ, ਫਿਰ ਸੁੱਖ ਹੋ ਜਾਂਦਾ, ਟਿਕਾਓ ਟਿਕ ਜਾਂਦਾ, ਸੁੱਖ ਪਾਵਾ। ਆ ਇਹ ਸੁੱਖ ਜਿਹੜੇ ਅਸੀਂ ਸੁੱਖਾਂ ਨੂੰ ਦੀ ਇੱਛਾ ਕਰਦੇ ਹਾਂ ਨਾ, ਅਸੀਂ ਅਸਲ ਆਰਾਮ ਨੂੰ ਸੁੱਖ ਕਹਿ ਰਹੇ ਹਾਂ, ਸਰੀਰ ਦੇ ਆਰਾਮ ਦੇ, ਉਹ ਜਿਹੜੇ ਅਸੀਂ ਸੁੱਖ ਕਰਦੇ ਹਾਂ ਆਪਣੀ ਅਕਲ ਨਾਲ, ਜਤਨ ਬਹੁਤ ਸੁੱਖ ਉਹ ਕੀ ਹੋ, ਅਸਲ 'ਚ ਐਂ ਮਿਲਣਾ ਸੁੱਖ, ਸੁੱਖ ਦਾ ਤਰੀਕ, ਸੁੱਖ ਅਸੀਂ ਭਾਲਦਾ ਸਿੱਖ, ਸੁੱਖ ਕਿਵੇਂ ਤੈਨੂੰ ਪਰਮਾਨੈਂਟ ਮਿਲੂ, ਗੁਰੂ ਨੂੰ ਦੱਸ ਸਮਝਾ ਤਾ, ਇਹ ਤਰੀਕਾ ਸੁੱਖ ਵਾਲਾ ਹੈ ਨਹੀਂ, ਐਂ ਸੁੱਖ ਤੈਨੂੰ ਮਿਲਜੂ, ਤੂੰ ਸੁੱਖ ਖਾਤਰ ਸੰਸਾਰ ਦੇ ਵਿੱਚ ਨੱਠ ਭੱਜ ਨਾ ਕਰ ਵੀ ਤੈਨੂੰ ਸੁੱਖ ਮਿਲੂ। ਸੰਸਾਰ ਦਾ ਸਰੀਰ ਨੂੰ, ਸਰੀਰ ਤੱਕ ਰੋਟੀ ਤੁਕ ਤੱਕ ਬਹੁਤਾ ਦੁਖੀ ਬਣਾ ਹੋਵੇ, ਭੁੱਖਾ ਬਣਾ ਰਹੇ,
ਇਹਦੀਆਂ ਠੀਕ ਠੀਕ ਜਿਹੀਆਂ ਲੋੜਾਂ ਜਿੰਨੀਆਂ ਕਿ ਨੇ ਪੂਰੀਆਂ ਹੁੰਦੀਆਂ ਰਹਿਣ, ਇਹ ਵੀ ਠੀਕ ਰਹੇ, ਇਹਦਾ ਵੀ ਦੁੱਖ ਨਾ ਬਹੁਤਾ ਹੋਵੇ। ਪਰ ਅਸਲੀ ਸੁੱਖ ਮਾਨਸਿਕ ਸੁੱਖ ਉੱਥੋਂ ਮਿਲਣਾ, ਇਹ ਮਿਲਣਾ। ਨੰਨਾ ਨਿਸਦਿਨ ਨਿਰਖਤ ਜਾਈ, ਨਿਰਖਤ ਨੈਣ ਰਹੇ ਰਤਵਾਈ। ਹੁਣ ਨਿਰਖਤ ਕਿੱਥੇ ਹੈ, ਖੋਜ ਕਿੱਥੇ ਹੈ? ਹੁਣ ਖੋਜ ਸ਼ੁਰੂ ਹੋਣੀ ਹੈ, ਆਤਮ ਚਿੰਤਨ। ਜਦੋਂ ਸੁੱਖ ਨਾਲ ਟਿਕ ਗਿਆ ਨਾ ਅੰਦਰ, ਆ ਜੋ ਟਿਕ ਗਿਆ, ਉਹਨਾਂ ਨੂੰ ਬਾਹਰ ਦ੍ਰਿਸ਼ਟੀ ਦੀ ਲੋੜ ਨਹੀਂ, ਬਾਹਰ ਦੇਖਣ ਦੀ। ਬਾਹਰ ਦਾ ਪਤਾ ਹੁਕਮ ਨਾ ਹੋ ਰਿਹਾ, ਜੋ ਪਹਿਲਾਂ ਧਿਆਨ ਜ਼ਿਆਦਾ ਬਾਹਰ ਰਹਿੰਦਾ ਸਾਡਾ, ਉਹ ਨਾ ਵਿਗੜ ਜਾਏ, ਉਹ ਨਾ ਵਿਗੜ ਜਾਏ, ਉਹ ਨਾ ਵਿਗੜ ਜਾਏ, ਉਹ ਨਾ ਵਿਗੜ ਜਾਏ। ਹੁਣ ਲਗਾਤਾਰ ਸੂਈ ਟਿਕੀ ਰਹਿੰਦੀ ਹੈ ਆਤਮ ਦਰਸ਼ਨ 'ਤੇ, ਆਪਣੀ ਆਤਮ ਖੋਜ 'ਤੇ, ਕਿ ਵਾਕਿਆ ਹੀ ਪਰਮੇਸ਼ਰ ਦੇ ਭਾਣੇ ਨਾਲ ਸਭ ਕੁਛ ਹੁੰਦਾ। ਇਹ ਤਾਂ ਸੂਈ ਟਿਕੀ ਰਹਿੰਦੀ ਹੈ ਭਾਣੇ ਨੂੰ ਸਮਝਣ 'ਤੇ। ਕਿ ਜਿਹੜੇ ਮਿੱਟੀ ਦੀਆਂ ਮੂਰਤਾਂ ਨੇ ਨਚਾਈਆਂ ਨੱਚਦੀਆਂ ਨੇ, ਕੀ ਇਹ ਗੱਲ ਬਿਲਕੁਲ ਠੀਕ ਆ ਕਿ ਜਨਤਾ ਕੇ ਬਸ ਕੁਛ ਨਹੀਂ? ਇਹਦੀ ਨਿਰਖ ਹੈ ਹੁਣ, ਇਹਦੀ ਗੱਲ ਨਹੀਂ। ਹੁਣ ਭਾਣੇ ਨੂੰ ਸਮਝਣਾ, ਇੱਕ ਹੋਏ ਬਿਨਾਂ ਭਾਣੇ ਦੀ ਸਮਝ ਨਹੀਂ ਆਉਂਦੀ। ਭਾਣੇ ਦੀ ਕੀ ਸਮਝ, ਉਹਨੂੰ ਪਹਿਲਾਂ ਆਪਣੀ ਉਹ ਨਹੀਂ ਸਮਝ ਆਉਂਦੀ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ, ਮੇਰੇ ਘਰੇ 'ਤੇ ਹੁੰਦਾ ਕਿ ਨਹੀਂ ਹੁੰਦਾ। ਕਮ ਸੇ ਕਮ ਇੰਨਾ ਪਤਾ ਲੱਗ ਗਿਆ ਮੇਰੇ ਘਰੇ 'ਤੇ ਕੁਛ ਨਹੀਂ ਹੋਣਾ, ਮੰਨ ਲਿਆ, ਚਲੋ ਮੰਨ ਲਿਆ, ਭਾਵੇਂ ਹੋਰ ਆਫ ਤੌਰ 'ਤੇ ਮੰਨ ਲਿਆ, ਵਿਸ਼ਵਾਸ ਕਰਕੇ ਮੰਨ ਲਿਆ, ਗੁਰੂ ਦੀ ਗੱਲ 'ਤੇ ਵਿਸ਼ਵਾਸ ਕਰਕੇ ਮੰਨ ਲਿਆ, ਸ਼ਰਧਾ ਕਰਕੇ ਮੰਨ ਲਿਆ। ਚਲੋ ਉਹਨਾਂ ਨੇ ਕਿਹਾ ਨਾ ਬਾਣੀ ਨੂੰ ਸੱਤ ਸੱਤ ਕਰਕੇ ਮੰਨੋ, ਕਹਿੰਦੇ ਭਾਈ ਸੱਤ ਕਰਕੇ ਮੰਨ ਲਿਆ, ਚਲੋ ਚਾਹੇ ਪੂਰਾ ਕਲੀਅਰ ਨਹੀਂ ਹੈ। ਹੁਣ ਉੱਥੇ ਪਰਖਣ ਪਰਖ ਹੈ ਗੁਰ ਕੀ ਬਾਤ ਖਰੀ, ਇਸ ਅਵਸਥਾ ਤੋਂ ਬਿਨਾਂ ਬਾਣੀ ਦੀ ਪਰਖ ਨਹੀਂ ਹੋਣੀ, ਇੱਥੇ ਆ ਕੇ ਭਾਣੇ ਦੀ ਪਰਖ ਹੋਊਗੀ। ਇੱਥੇ ਆ ਹੁਕਮ ਹੈ ਬੂਝੈ ਤਾਂ ਦਰ ਸੂਝੈ। ਹੁਣ ਡਰ ਕਿਹੜਾ ਡਰ, ਇੱਥੋਂ ਇਸ ਲੋਕ ਤੋਂ ਪ੍ਰਲੋਕ ਦੇ ਦਰ ਦੀ ਗੱਲ ਆ ਸੱਚਖੰਡ ਦੀ, ਜਿੱਥੇ ਨਿਰਾਕਾਰ ਵਸਦਾ ਹੈ। ਹਾਲੇ ਤਾਂ ਆਪਸ ਵਿੱਚ ਇੱਕ ਹੋਇਆ ਨਾ, ਫਿਰ ਵੀ ਸੰਸਾਰ ਤੋਂ ਪਰੇ ਹੈ, ਸੰਸਾਰ 'ਚ ਫਿਰ ਵੀ ਨਹੀਂ, ਸੰਸਾਰ ਤੋਂ ਪਰੇ ਹੈ। ਇਹਨੂੰ ਦੇਵ ਲੋਕ ਦੀ ਅਵਸਥਾ ਕਹਿੰਦੇ ਨੇ, ਦੇਵ ਲੋਕ ਹੈ। ਇੱਕ ਹੋਇਆ ਇਹਨਾਂ ਨੇ, ਇਹਦੇ ਵੀ ਤਿੰਨ ਲੋਕ ਬਣਾਤੇ, ਬ੍ਰਹਮ ਲੋਕ, ਵਿਸ਼ਨ ਲੋਕ ਬਣਾਏ ਨੇ ਨਾ, ਉਹ ਗਲਤ ਹੈ ਉਹਨਾਂ ਦੇ, ਉਹਨਾਂ ਦਾ ਹਿਸਾਬ ਹੋਰ ਹੈ। ਸਾਡੇ ਦਾ ਇੱਕੋ ਹੀ ਦੇਵ ਲੋਕ ਹੈ ਨਾ, ਅੰਤਰ ਦੇਵ, ਜਿਹੜਾ ਦੇਵ ਜਿੱਥੇ ਰਹਿੰਦਾ ਉੱਥੇ ਆਪ ਚਲਿਆ ਗਿਆ, ਦੇਵ ਲੋਕ ਚਲਾ ਗਿਆ, ਉਹਦੇ ਨਾਲ ਜੁੜ ਗਿਆ ਦੇਵ ਨਾਲ ਜਾ ਕੇ, ਦੇਵ ਦੇ ਚਰਨਾਂ 'ਚ ਚਲਾ ਗਿਆ। ਇਹ ਦੇਵ ਲੋਕ ਬੋਲਦੇ ਨੇ, ਦੇਵਪੁਰੀ ਮੈਂ ਗਏ ਹੋ, ਇੱਥੇ ਦਿਨ ਰਾਤ ਲੰਘਦੇ ਨੇ ਇਹਨੂੰ ਹੁਕਮ ਨੂੰ ਸਮਝਣ ਵਿੱਚ। ਇੱਥੇ ਬੈਠ ਕੇ ਹੁਕਮ ਨੂੰ ਹੁਣ ਸਮਝਦਾ ਵੀ ਇਹ ਜਿਹੜੀਆਂ ਹਿਲਦੀਆਂ ਨੇ ਕਠਪੁਤਲੀਆਂ, ਤਾਰਾਂ ਕਿੱਥੇ ਨੇ ਇਹਦੀਆਂ? ਡੋਰੀ ਦੇਖਦਾ, ਡੋਰੀ ਹੱਥ ਤੁਹਾਰੇ ਹੈ ਜਿਹੜੀ, ਹੁਣ ਇਹਦਾ ਡੋਰੀ ਧਿਆਨ ਹੈ, ਪੁਤਲੀ ਦੇ ਵਿੱਚ ਵੀ ਧਿਆਨ ਹੈ, ਡੋਰੀ 'ਚ ਜ਼ਿਆਦਾ, ਡੋਰੀ ਜਾਂ ਡੋਰੀ ਹਿਲਾਉਣ ਵਾਲੇ 'ਚ। ਪੁਤਲੀ ਤਾਂ ਨੱਚਦੀ ਦਿੰਦੀ ਹੋਈ ਹੈ, ਉਹ ਤਾਂ ਸਾਰਿਆਂ ਨੂੰ ਦਿੰਦੀ ਹੈ, ਵੀ ਇਹ ਕੀ ਕਿਰਾਇਆ ਹੁੰਦਾ ਇਹਨਾਂ ਦਾ, ਕਰਦੀਆਂ ਨੇ ਆਪ ਕਰਦੀਆਂ ਨੇ। ਬਸ ਹੁਣ ਤਾਂ ਹੁਕਮ ਦੀ ਬੁੱਝਣ ਦੀ ਗੱਲ, ਹੁਕਮ ਬੂਝ ਪਰਮਪਦ ਪਾਈ, ਬਸ ਉਹ ਪਰਮਪਦ ਹੈ, ਆਹ ਜੋ ਪਰਮਪਦ ਨਹੀਂ ਹੈ, ਪਰਮਪਦ ਨਹੀਂ ਹੈ। ਅੱਧਾ ਤਾਂ ਹੈਗਾ ਇਹ, ਘਰ ਤਾਂ ਆ ਗਿਆ ਸਵੇਰ ਦਾ, ਭੁੱਲਿਆ ਸ਼ਾਮ ਨੂੰ, ਘਰ ਆਇਆ ਬਿਨਾਂ ਹੁਣ ਨਿਰਖ ਨਹੀਂ, ਹੁਣ ਇੱਥੋਂ ਸ਼ੁਰੂ ਹੋਈ ਹੈ। ਹੁਣ ਅਸਲ 'ਚ ਗੱਲ ਭਗਤੀ ਆ ਇੱਥੋਂ ਹੀ ਸ਼ੁਰੂ ਹੋਈ, ਪਹਿਲਾਂ ਤਾਂ ਮਨ ਨੂੰ ਸਮਝਾਇਆ ਹੀ ਹੈ, ਮਨ ਸਮਝਾਉਣ ਕਾਰਨ ਕਛੂ ਪੜ੍ਹੀ ਗਿਆ, ਕਛੂ ਪੜ੍ਹੀ ਗਿਆ, ਜਦੋਂ ਪੜ੍ਹ ਲਿਆ ਮਨ ਸਮਝ ਗਿਆ, ਬਾਹਰ ਲਈ ਲੋੜ ਨਹੀਂ ਰਹੀ। ਹੁਣ ਹੁਕਮ ਬੁੱਝਣ ਦੇ, ਹੁਕਮ ਸਾਡੇ ਸਾਹਮਣੇ, ਜੋ ਵਰਤੇ ਸੋ ਤੇਰਾ ਪੜ੍ਹ, ਜੋ ਦਿਸੇ ਸੋ ਤੇਰਾ ਰੂਪ, ਬਸ ਇਹਦੇ 'ਚੋਂ ਸਮਝ ਲਓ। ਨਿਰਖਤ ਨੈਣ ਰਹੇ ਰਤਵਾਈ, ਹੁਣ ਰਤਵਾਈ ਜਿਹੜਾ ਲਫ਼ਜ਼ ਹੈ, ਰਤਵਾਈ ਦਾ ਕਹਿੰਦਾ ਅੱਖਾਂ ਲਾਲ ਹੋ ਜਾਂਦੀਆਂ ਨੇ, ਕਿਉਂ ਰਤ ਨੂੰ ਲਾਲ ਮੰਗਦੇ ਨੇ ਲਹੂ,
ਰਤਵਾਈ ਨਹੀਂ ਕਹਿੰਦੇ। ਇਸ ਤਰੀਕੇ ਨਾਲ ਦੇਖਦਾ ਦੇਖਦਾ ਸਮਝਦਾ ਸਮਝਦਾ ਅਕਲ ਨੂੰ ਰੰਗ ਚੜ੍ਹ ਜਾਂਦਾ। ਸੂਟਾਂ ਪੜਾਵਦ ਕਣਕਾ ਤਰੀ, ਇੱਥੇ ਸੂਟਾਂ ਪੜਾਉਂਦੀ ਆ ਕਣਕਾ, ਇਹਨੂੰ ਸਮਝਾਉਂਦੀ ਆ ਵੀ ਦੇ ਹੁਕਮ ਨਾ ਹੋ ਰਿਹਾ, ਤੈਨੂੰ ਬੜਾ ਭੁਲੇਖਾ ਸੀ, ਆਪਾਂ ਨੂੰ ਦੋਹਾਂ ਨੂੰ ਹੀ ਭੁਲੇਖਾ ਸੀ। ਇੱਥੇ ਬੁੱਧੀ ਮਨ ਨੂੰ ਸਮਝਾ ਰਹੀ ਹੈ, ਹੁਣ ਮਨ ਨੇ ਸਮਝਣਾ ਵੀ ਹਾਂ ਵਾਕਿਆ ਹੀ ਹੋ ਰਿਹਾ। ਪਹਿਲਾਂ ਮਨ ਤਾਂ ਲਿਆ ਵੀ ਹੋ ਰਿਹਾ ਪਰ ਸਮਝ ਰਿਹਾ ਹੁਣ ਵੀ ਵਾਕਿਆ ਹੀ ਹੋ ਰਿਹਾ। ਜਿਉਂ ਜਿਉਂ ਸਮਝ ਰਿਹਾ ਤਿਉਂ ਤਿਉਂ ਮੰਨ ਰਿਹਾ, ਜਿਉਂ ਜਿਉਂ ਉਹਦੇ ਤਜਰਬੇ 'ਚ ਗੱਲ ਆ ਰਹੀ ਹੈ ਤਿਉਂ ਤਿਉਂ ਉਹਦਾ ਵਿਸ਼ਵਾਸ ਪੱਕਾ ਹੋ ਰਿਹਾ। ਮੰਨ ਰਿਹਾ ਮੰਨਣਾ ਹੋਰ ਗੱਲ ਹੈ, ਵਿਸ਼ਵਾਸ ਪੱਕਾ ਹੋਣਾ ਹੋਰ ਗੱਲ ਹੈ, ਤਿਉਂ ਤਿਉਂ ਉਹਦਾ ਭਰੋਸਾ ਪੱਕਾ ਹੋ ਰਿਹਾ। ਰਤਵਾਈ ਦਾ ਉਹਦਾ ਰੰਗ ਚੜ੍ਹ, ਜੋ ਰੱਤੇ ਰੰਗ ਇੱਕ ਨਾਨਕ ਗੂੜਾ ਰਤਵਾਈ ਦਾ ਉਹਦਾ ਅੱਖਾਂ 'ਚ ਲਾਲ ਨਹੀਂ ਹੋ ਜਾਣਾ। ਕਹਿੰਦੇ ਰਾਤ ਨੂੰ ਸੌਂਦੇ ਨਹੀਂ, ਦਿਨ ਰਾਤ ਸੌਂਦੇ ਨਹੀਂ, ਅੱਖਾਂ ਲਾਲ ਹੋ ਜਾਂਦੀਆਂ। ਲਓ ਨਿਰਖਤ ਨਿਰਖਤ ਜਬ ਜਾਏ ਪਾਵਾ, ਨਿਰਖ ਹੁੰਦਾ ਨਿਰੀਖਣ ਕਰਨਾ, ਬਰੀਕੀ ਨਾਲ ਘੋਖਣਾ, ਬਰੀਕੀ ਨਾਲ ਘੋਖ ਕਰਦਾ ਇਹ, ਇੱਥੇ ਬਰੀਕੀ ਦੀ ਘੋਖ ਹੈ ਜਿਹਨੂੰ ਆਪਾਂ ਘੋਖ ਕਹਿੰਦੇ ਹਾਂ। ਵੀ ਵਾਕਿਆ ਹੀ ਵੀ ਗੱਲ ਠੀਕ ਹੈ, ਹੋ ਰਿਹਾ ਉਹਦੀ ਮਰਜ਼ੀ ਨਾਲ, ਐਵੇਂ ਸਾਨੂੰ ਭੁਲੇਖਾ ਸਾਡੀ ਮਰਜ਼ੀ ਨਾਲ ਹੋ ਰਿਹਾ, ਬਰੀਕੀ ਨਾਲ ਉੱਥੇ ਘੋਖ ਰਿਹਾ। ਨਿਰਖਤ ਨਿਰਖਤ ਜਬ ਜਾਏ ਪਾਵਾ, ਜਦ ਇਹ ਪੂਰੀ ਸਮਝ ਆ ਜਾਂਦੀ ਹੈ, ਜਾਂ ਡੋਰ ਵੀ ਦੀ ਜਾਂਦੀ ਹੈ, ਡੋਰ ਹਿਲਾਉਣ ਵਾਲਾ ਵੀ ਦੀ, ਯਾਨੀ ਸ਼ਬਦ ਜਿਹੜਾ ਹੈਗਾ ਜਿਹਦੇ ਹੁਕਮ ਦੇ ਥਰੂ ਸਭ ਕੁਝ ਹੋ ਰਿਹਾ, ਜਦ ਉਹ ਸੁਣ ਪੈਂਦਾ ਪਾਵਾ, ਹੋਰ ਪਾਵਾ ਕੀ ਪਾਵਾ, ਪਾਇਆ ਹੋਰ ਕੀ ਪਾਵਾ। ਉਹ ਹੁਕਮ ਵੀ ਸੁਣ ਜਾਂਦਾ, ਉੱਧਰ ਹੁਕਮ ਸੁਣਦਾ, ਉੱਧਰ ਕੰਮ ਹੋ ਜਾਂਦਾ, ਹੁਣ ਸਿੱਧਾ ਹੀ ਸੰਪਰਕ ਹੋ ਗਿਆ। ਸ਼ਬਦ ਵੀ ਸੁਣ ਗਿਆ ਔਰ ਉਹਦਾ ਐਕਸ਼ਨ ਵੀ ਦੇਖ ਲਿਆ, ਐਕਸ਼ਨ ਉਹਦਾ ਤਾਂ ਹੁਕਮ, ਹੁਕਮ ਦਾ ਐਕਸ਼ਨ ਵੀ ਹੈ, ਦੋਵੇਂ ਚੀਜ਼ਾਂ ਦੇਖ ਲਈਆਂ ਪਾਵਾ। ਸ਼ਬਦ ਨਾਲ ਸੁਣਦਾ ਸੰਪਰਕ ਹੋ ਗਿਆ, ਐਕਸ਼ਨ ਕਾ ਹੁੰਦਾ ਬਾਹਰ ਦੇਖ ਲਿਆ, ਤਾਂ ਦੀਦਾ ਹੀ ਹੈ ਕਿਉਂਕਿ ਵਰਤੇ ਤੇਰਾ ਭਾਣ। ਇੱਥੇ ਆ ਕੇ ਐਂਡ ਹੁਕਮ ਬੂਝ ਪਰਮ ਪਦ ਪਾਈ, ਬੁਝ ਲਿਆ ਪਾਵਾ ਪਾਵਾ ਪਰਮ ਪਦ ਪਾਈ, ਤਬਲੇ ਨਿਰਖੇ ਨਿਰਖੋ ਮਿਲਾਵਾ। ਬਸ ਫਿਰ ਕੀ ਹੈ, ਜੋ ਹੁਕਮ ਬੁਝਿਆ ਜਿਹੜਾ ਬੁਝਣ ਵਾਲਾ ਸੀ ਉਹਦੇ ਵਿੱਚ ਮਿਲ ਗਿਆ, ਸੁਰਤ ਸ਼ਬਦ ਵਿੱਚ ਲੀਨ ਹੋ ਗਈ, ਸੁਰਤੇ ਸੀ ਨਾ ਟਿਕੀ ਹੋਈ ਦੇਖ ਰਹੀ, ਧਿਆਨ ਨਹੀਂ ਦੇਖ ਰਿਹਾ ਸੀ ਨਾ, ਜੋ ਕੁਝ ਨਿਰਖਿਆ, ਨਿਰਖਿਆ ਕੀ ਸ਼ਬਦ ਹੁਕਮ ਭਾਣਾ, ਨਿਰਖ ਰਿਹਾ ਸੀ ਜਿਹੜਾ ਇੱਕ ਹੋ ਗਿਆ, ਤਬਲੇ ਨਿਰਖੇ ਨਿਰਖੋ ਮਿਲਾਵਾ, ਪਾਣੀ ਜਾ ਰਿਹਾ ਸੀ ਸੁੱਕੇ ਦੇ ਵਿੱਚ ਦੀ, ਗਾਂ ਸਮੁੰਦਰ ਖੜਾ ਸੀ, ਬਾਜਾ ਸਮੁੰਦਰ ਦੇ ਨਾਲ ਟੱਚ ਹੋਇਆ, ਮਿਲ ਗਿਆ ਵਿੱਚ ਜਾ ਕੇ, ਬਈ ਬਾਹਰੋਂ ਜਾ ਰਹੀ ਸੀ ਧਾਰ, ਜਾਂ ਸਮੁੰਦਰ ਦਾ ਪਾਣੀ ਆ, ਦੋਵੇਂ ਪਾਣੀ ਟੱਚ ਹੋਏ, ਮਿਲ ਗਿਆ ਵਿੱਚ, ਸੁਰਤ ਸ਼ਬਦ ਦੇ ਵਿੱਚ ਰਲੀ, ਵਿਚਲੀਨ ਹੋ ਗਈ। ਜਿੰਨਾ ਚਿਰ ਵਿੱਚ ਫਾਸਲਾ ਸੀ ਉਹਨਾਂ ਚਿਰ ਤੁਰੀ ਜਾ ਰਹੀ ਸੀ, ਉੱਧਰ ਖੋਜ ਦੇ ਵਿੱਚ ਜਾ ਰਹੀ ਸੀ, ਜਾਂ ਸਮੁੰਦਰ ਆ ਗਿਆ ਉਹਦੇ ਵਿੱਚ ਰਲ ਗਿਆ, ਫਿਰ ਸਮੁੰਦਰ ਬਣ ਗਿਆ। ਦਿਰਖ ਹੈ, ਦਿਰਖ ਜੋ ਨਿਰਖਿਆ ਸੀ, ਜੋ ਸਮਝਿਆ ਸੀ, ਮਿਲਾਖਿਆ ਸੀ, ਮਿਲ ਗਿਆ, ਦੋ ਇੱਕ ਹੋ ਗਏ, ਮਿਲਾਵਾ। ਸੁਰਤ ਸ਼ਬਦ ਭਵ ਸਾਗਰ ਤਰੀ, ਭਵ ਸਾਗਰ ਥੱਲੇ ਰਹਿ ਗਿਆ, ਆਪ ਉੱਤੇ ਉੱਠ ਗਿਆ, ਭਵ ਸਾਗਰ ਨਾਲ ਟੱਚੇ ਕੋਈ ਰਿਸ਼ਤਾ ਹੀ ਨਹੀਂ ਰਿਹਾ, ਸੰਬੰਧ ਨਹੀਂ ਰਿਹਾ। ਕੱਲ ਗੁਰਬਾਣੀ ਦੀ ਆ ਗਈ ਸਾਰੀ ਇਹਨਾਂ ਗੱਲਾਂ ਦੀ ਵਿਆਖਿਆ ਗੱਲ ਕੀਤੀ ਹੋਈ ਹੈ, ਇਹ ਤਾਂ ਕੁਛ ਹੋਰ ਕਹਿ ਗਿਆ ਕਬੀਰ, ਨਿਰਖੇ ਨਿਰਖ ਮਿਲਾਵਾ ਕਹਿ ਗਿਆ, ਇਸੇ ਗੱਲ ਨੂੰ ਖੁਲਾਸੇ ਕੀਤੇ ਹੋਏ ਨੇ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਬਖਾਣਾ।